ਘੋੜੀਆਂ ਰੱਖਣ ਦੇ ਸ਼ੌਂਕੀ ਚੈਨਲ ਦੇਖ ਰਹੇ ਸਾਰੇ ਹੀ ਦੋਸਤ ਮਿੱਤਰਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਜੱਗੀ ਮੋਹਨ ਮਾਜਰਾ ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਊਂਠਾਂ ਦੀ ਵੀਡੀਓ। ਕਿੱਦਾਂ ਊਂਠ ਨੂੰ ਬੈਠਣਾ ਸਿਖਾਇਆ ਜਾਂਦਾ ਹੈ ਅਤੇ ਕੀ ਊਂਠ ਦੀ ਖਾਦ ਖੁਰਾਕ ਆ ਅਤੇ ਕਿੰਨੇ ਦਾ ਊਂਠ ਦਾ ਬੱਚਾ ਊਂਠਣੀ ਜਾਂ ਊਂਠ ਦਾ ਬੱਚਾ ਹੈ ਜਿਹੜਾ ਆਪਾਂ ਨੂੰ ਕਿੰਨੇ ਦਾ ਮਿਲ ਜਾਂਦਾ। ਆਓ ਕਰਦੇ ਹਾਂ ਗੱਲਬਾਤ ਬਾਈ ਉਹਨਾਂ ਨਾਲ ਅਤੇ ਲੈਂਦੇ ਹਾਂ ਜਾਣਕਾਰੀ ਊਂਟਾਂ ਬਾਰੇ। ਰਾਮ ਰਾਮ ਜੀ। ਰਾਮ ਰਾਮ ਜੀ। ਰਾਮ, ਪਹਿਲੇ ਤੋਂ ਆਪਣਾ ਨਾਮ ਔਰ ਆਪਣਾ ਐਡਰੈਸ ਬਤਾ ਦੇ ਤਾ। ਨਿਹਾਲ ਚੰਦ ਹੈ ਨਾਮ। ਨਿਹਾਲ ਚੰਦ, ਹਾਂ ਠੀਕ ਹੈ। ਔਰ ਕਿਤਨੀ ਦੇਰ ਹੋ ਗਈ ਆਪਕੋ ਇਸ ਕੰਮ ਮੇ ਊਂਟੋਗੇ? ਇਸ ਆਤੇ ਕੋ, ਹਾਂ ਜੀ, ਹੋ ਗਈ 30 ਸਾਲ। 30 ਸਾਲ। ਅੱਛਾ, ਇੱਕ ਬਾਤ ਔਰ ਬਤਾਈਏ ਕਿ ਜੇ ਜੋ ਕੰਮ ਹੈ ਆਪਕਾ ਕਿਤਨੀ ਦੇਰ ਸੇ ਹੈ, ਪੀਛੇ ਸੇ ਕਿਤਨਾ ਸਮੇਂ ਹੋ ਗਿਆ ਕੰਮ ਕਰਦੇ? ਬਹੁਤ, ਹਮਾਰੇ ਬੁਜ਼ੁਰਗ ਵੀ ਇਹੀ ਕੰਮ ਕਰਤੇ ਥੇ। ਦਾਦਾ ਪੜਦਾਦਾ, ਦਾਦਾ ਪੜਦਾਦਾ ਵੀ ਇਹੀ ਕੰਮ ਕਰਤੇ ਥੇ ਆਪ? ਹਾਂ, ਠੀਕ ਹੈ। ਔਰ ਕਿਤਨੇ ਊਂਠ ਲੈ ਕਰਕੇ ਆਏ ਹੋ ਆਪ ਯਹਾਂ ਪਰ? 15। 15 ਊਂਠ, ਠੀਕ ਹੈ। ਔਰ ਜੇ ਬਤਾਏ ਕਿ ਇਸਕਾ ਖੁਰਾਕ ਕਿਆ ਹੈ, ਊਂਠ ਖਾਤਾ ਕਿਆ ਹੈ? ਇਹ ਗੁਆਰ ਕਾ ਚਾਰਾ। ਗੁਆਰ ਕਾ ਚਾਰਾ, ਜੈਸੇ ਹਮਾਰੇ ਪੰਜਾਬ ਕਾ ਕੋਈ ਵੀ ਬੰਦਾ ਲੈ ਕੇ ਜਾਣਾ ਚਾਹੇ ਪੰਜਾਬੀ ਪੰਜਾਬ ਮੇ, ਤੋ ਉਧਰ ਇਸਕੋ ਕਿਆ ਦਾਣਾ ਦੇਣਾ ਪੜੇਗਾ? ਇਹ ਚਾਰਾ ਚਰਾਓ, ਗੁਆਰ ਕਾ। ਗੁਆਰ ਕਾ ਚਾਰਾ। ਔਰ ਜੇ ਫੀਡ ਵਗੈਰਾ ਕੁਛ ਖਾਤੇ ਹੈ ਜਾਂ ਨਹੀਂ? ਉਹ ਬਰਸੀਨ ਵੀ ਖਾਤੇ ਹੈ। ਉਸਕਾ ਮੋਠ ਕਾ, ਮੂੰਗ ਕਾ, ਇਹ ਵੀ ਚਾਰਾ? ਮੋਠ, ਮੂੰਗ ਕਾ ਚਾਰਾ, ਮੂੰਗਫਲੀ ਕਾ ਚਾਰਾ ਹੈ। ਅੱਛਾ, ਮੋਠ ਕਾ ਚਾਰਾ, ਮੂੰਗਫਲੀ ਕਾ ਚਾਰਾ, ਮੂੰਗਫਲੀ ਕਾ ਚਾਰਾ, ਗੁਆਰ ਕਾ ਜਾਂ ਚਣੇ ਕਾ ਚਾਰਾ? ਜੀ ਹਾਂ, ਉਹ ਕੋਈ ਵੀ ਖਿਲਾਓ ਆਪ, ਕੋਈ ਵੀ ਖਿਲਾਓ ਚਲਤਾ ਹੈ? ਹਾਂ। ਅੱਛਾ, ਔਰ ਇਸਕਾ ਜੋ ਅਗਰ ਕਿਸੀ ਨੇ ਬੱਚਾ ਲੈਣਾ ਹੋ ਤੋ ਕਿਤਨੇ ਸਮੇਂ ਕਾ ਬੱਚਾ ਆਪ ਵੇਚਤੇ ਹੋ ਊਂਟ ਕਾ? ਸੇਲ ਕੋ ਉਸਕੋ ਪਹਿਲੇ ਤੋ ਵੋ ਪੀਤਾ ਹੋਗਾ ਦੂਧ? ਦੂਧ। ਕਿਤਨੀ ਦੇਰ ਬਾਅਦ ਉਸਕੋ ਤੋੜ ਦੇਤੇ ਹੋ ਦੂਧ ਸੇ? ਡੇਢ ਦੋ ਸਾਲ ਮੇ। ਦੋ ਸਾਲ ਕੇ ਬਾਅਦ? ਨਹੀਂ, ਦੋ ਸਾਲ ਮੇ, ਡੇਢ ਮੇ ਹੋ ਜਾਤਾ ਹੈ। ਡੇਢ ਸਾਲ ਮੇ ਹੋ ਜਾਤਾ ਹੈ। ਡੇਢ ਸਾਲ ਕੇ ਬਾਅਦ ਮੇ ਬੱਚੇ ਕੋ ਚਾਰਾ ਖਿਲਾਓ, ਫਲੋਂ ਸੀ ਖਵਾਓ, ਕੁਛ ਵੀ ਖਵਾਓ, ਖਵਾਓ ਮੋਠ ਕਾ ਫੂਸ ਖਵਾਓ, ਕੁਛ ਵੀ ਖਵਾਓ, ਚਾਹੇ ਗੁਆਰ ਕਾ ਫੂਸ ਖਵਾਓ। ਚਲੇ, ਕਿਸੀ ਕੋ ਵੀ ਲੈ ਕੇ ਜਾਣਾ ਹੋਗਾ ਊਂਟ ਕਾ ਬੱਚਾ ਤੋ ਉਸਕੋ ਡੇਢ ਸਾਲ ਕਾ ਬੱਚਾ ਹੀ ਮਿਲੇਗਾ? ਮਿਲੇਗਾ। ਹਾਂ, ਫਿਰ ਵੋ ਖਾਏਗਾ ਨਾ ਪ੍ਰੋਪਰ? ਫਿਰ ਬੜਾ, ਫਿਰ ਬੜਾ ਹੋ ਜਾਏਗਾ। ਕਿਤਨੇ ਮੇ ਮਿਲ ਜਾਏਗਾ ਬੱਚਾ? ਉਹ ਤੋ ਜੀ ਨਸਲ ਕੇ ਪੈਸੇ ਹੈ। ਨਸਲ ਕੇ ਪੈਸੇ? ਨਸਲ ਕੇ ਪੈਸੇ ਹੈ। ਠੀਕ ਹੈ। ਐਸੇ ਤੋ ਬੱਚਾ ਮਿਲ ਜਾਂਦਾ 5000 ਮੇ। ਅੱਛਾ, ਬੱਚਾ ਮਿਲਦਾ ਕੋ ਮਿਲਦਾ ਨਹੀਂ ਹੈ 20000 ਮੇ? ਬੱਚੇ 50000 ਮੇ ਨਹੀਂ ਮਿਲਦੇ? ਬੱਚਾ 50000 ਮੇ ਨਹੀਂ ਮਿਲਦਾ। ਅੱਛਾ, ਨਸਲ ਕੇ ਪੈਸੇ ਹੈ? ਨਸਲ ਕੇ ਪੈਸੇ? ਨਸਲ ਕੇ ਪੈਸੇ, ਬਰੀਡ ਕੇ? ਬਰੀਡ ਕੇ। ਠੀਕ ਹੈ, ਠੀਕ ਹੈ। ਅਗਰ ਕਿਸੇ ਕੋ ਦਰਮਿਆਨਾ ਬੱਚਾ ਲੈਣਾ ਹੋ, ਠੀਕ ਠੀਕ, ਤੋ ਕਿਤਨੇ ਮੇ ਮਿਲ ਜਾਏਗਾ? 15000 ਮੇ ਮਿਲ ਜਾਏ। 15000 ਮੇ ਜੋ ਅੱਛਾ ਰਹੇਗਾ? ਹਾਂ, 15 ਸੇ 20 ਕੇ ਸਕਦੇ? ਹਾਂ, ਠੀਕ ਹੈ, 10 ਸੇ ਲੈ ਕਰ 20 ਕੇ ਬੀਚ ਬੀਚ, 15 ਤੱਕ? 15। ਅਸੀਂ ਤੋ ਬੱਚੇ 5000 ਮੇ ਮਿਲ ਜਾਏਗੇ ਆਪਕੋ? 5000 ਮੇ ਵੀ ਮਿਲ ਜਾਏਗਾ? ਉਹ ਤਾਂ ਰੋਲ ਖੋਲ ਹੋਤੇ ਫਿਰ ਕੀ ਆਪ? ਲੇਕਿਨ ਰੋਲ ਖੋਲ ਨਹੀਂ ਹੈ, ਉਹ ਜੈਸੇ ਨਸਲੀ ਬੱਚੇ ਲੋਗ ਨਾ ਆਪ, ਉਸਕੇ ਦਾਮ ਜ਼ਿਆਦੇ ਹੈ ਨਸਲੀ ਕੇ ਪਿੱਛੇ। ਸਹੀ ਹੈ, ਨਸਲ ਕਾ। ਅੱਛਾ, ਇਸਕਾ ਐਸੇ ਬਤਾਓ ਇੱਕ ਬਾਤ ਔਰ, ਜੋ ਮੇਲ ਔਰ ਫੀਮੇਲ ਕਾ ਫਰਕ ਰਹਿਤਾ ਹੈ ਦਾਮ ਮੇ, ਫਰਕ ਊਂਟ ਔਰ ਊਂਠਨੀ ਕਾ? ਫਰਕ ਰਹਿਤਾ ਹੈ। ਅੱਛਾ, ਊਂਠਨੀ ਕਾ ਜੋ ਊਂਠਨੀ ਹੋਤੀ ਹੈ ਵੋ ਮਹਿੰਗੀ ਹੋਤੀ ਹੈ, ਔਰ ਜੋ ਊਂਟ ਹੈ ਵੋ ਸਸਤਾ ਮਿਲ ਜਾਂਦਾ ਹੈ? ਜੈਸੇ ਜੋ ਊਂਠਨੀ ਹੋਗੀ ਵੋ ਕਿਤਨੇ ਮੇ ਮਿਲੇਗੀ? ਨਹੀਂ ਨਹੀਂ, ਉਹ ਐਸੇ ਹਿਸਾਬ ਸੇ ਨਹੀਂ ਹੈ ਭਾਈ ਸਾਹਿਬ, ਉਹ ਹੈ ਨਸਲ ਕੇ, ਨਸਲ ਕੇ ਰੁਪਏ ਹੈ ਭਾਈ ਸਾਹਿਬ, ਜੋ ਨਸਲ ਹੈ ਊਂਠਨੀ ਹੈ, ਜੋ ਇੱਕ ਨੰਬਰ ਕੀ ਨਸਲ ਹੈ, ਨਸਲ ਹੋਏਗੀ ਜੀ, ਤੋ ਉਸਕੇ ਪੈਸੇ ਅਲੱਗ ਹੋਏਗੇ, ਜੈਸੇ ਲੋਕਲ ਚੀਜ਼ ਹੈ ਉਸਕੇ ਪੈਸੇ ਅਲੱਗ ਹੋਏਗੇ। ਅਬ ਜੋ ਇਹ ਬੱਚਾ ਬੈਠਾ ਹੈ ਜੀ, ਇਸਕੀ ਕੀਮਤ ਅਲੱਗ ਹੀ ਹੈ। ਆਈਏ ਇੱਕ ਮਿੰਟ ਦਿਖਾਈਏ ਇਸਕੀ, ਇਹ ਕਿਤਨੀ ਉਮਰ ਕਾ ਹੈ? ਇਹ 3 ਸਾਲ ਕਾ ਹੈ। 3 ਸਾਲ ਕਾ ਹੈ? ਹਾਂ, ਇਹ ਸਾਚੋਰੀ ਬੱਚਾ ਹੈ। ਸਾਚੋਰੀ? ਹਾਂ, ਇੱਕ ਨੰਬਰ ਕਾ ਸਾਚੋਰੀ ਹੋਤਾ ਹੈ, ਸਬਸੇ ਬੜੀਆ, ਸਬਸੇ ਟੌਪ ਕਾ ਯਹੀ ਹੋਤਾ ਹੈ, ਜੋ ਹੋਤਾ ਸਾਚੋਰੀ। ਇਸਕੀ ਕਿਤਨੀ ਕੀਮਤ ਹੋਗੀ ਬਾਬਾ? ਇਸਕੇ ਤੋ ਥੋੜਾ ਲਿਸਾ ਥਾਕਲ ਹੈ, ਜੋ ਥੋੜਾ ਡੀਲੇ ਸੇ ਭਰ ਗਿਆ। ਹਾਂ, ਤੋ ਇਸਕੀ ਕੀਮਤ 65-70-80 ਹਜ਼ਾਰ ਰੁਪਏ ਹੈ। 80 ਹਜ਼ਾਰ? ਹਾਂ ਹਾਂ, ਮਤਲਬ ਬੜੀਆ ਖਾਪੇ ਕਾ ਚਾਰ ਕੇ ਬਾਅਦ। ਹਾਂ, 70-80 ਹਜ਼ਾਰ ਰੁਪਏ ਹੈ। ਹਾਂ, ਠੀਕ ਹੈ। ਔਰ ਜੇ ਬੱਚਾ ਕਿਤਨੀ ਦੇਰ ਮੇ ਦੇਤੀ ਹੈ ਊਂਟਨੀ? 13 ਮਹੀਨੇ ਬਾਅਦ? 12-13 ਮਹੀਨਾ ਸੇ। 13 ਮਹੀਨੇ? 13 ਮਹੀਨੇ? 13 ਮਹੀਨੇ ਲੱਗ ਜਾਂਦੇ ਹੈ ਜੀ। ਇਹ ਜੀਵਨ ਮੇ ਨਾ ਇੱਕ ਇਹੀ ਨਸਲ ਹੈ ਤਾਂ ਕਿ 13 ਮਹੀਨੇ ਬਾਅਦ ਮੇ ਬੱਚਾ ਦੇਤੀ ਹੈ। ਦੇਤੀ ਹੈ, ਠੀਕ ਹੈ। ਬਾਕੀ ਕੋਈ ਜੀਵਨ ਮੇ ਹੋ ਚਾਹੇ ਸੰਸਾਰ ਮੇ ਹੋ ਕੁਛ ਵੀ ਹੋ ਜੀ, ਬਾਕੀ ਦੂਸਰਾ 13 ਮਹੀਨੇ ਮੇ ਇੱਕ ਹੀ ਹੋਤੀ ਹੈ ਕਿ 13 ਮਹੀਨੇ ਸੇ ਬੱਚਾ ਦੇਤੀ ਹੈ, ਦੇਤੀ ਹੈ ਊਂਟਨੀ। ਠੀਕ ਹੈ, ਹਾਂਜੀ। ਔਰ ਕਿਤਨੇ ਸਮੇਂ ਕੇ ਬਾਅਦ ਜੋ ਬੱਚਾ ਹੈ ਵੋ ਪ੍ਰੈਗਨੈਂਟ ਹੋ ਜਾਤੀ ਹੈ? ਜੈਸੇ ਸਾਲ ਕੀ ਹੋ ਕੇ, ਡੇਢ ਸਾਲ ਕੀ? ਉਹ ਤੋ 3 ਸਾਲ ਮੇ ਹੋ ਜਾਤਾ ਹੈ।
वो तो जैसे नस्ल अच्छी होती है ना, हाँ। तो वो 2.5 साल में हो जाती है, हो जाती है। 2.5 साल की हो जाती है पहली बार अगर करानी हो प्रेगनेंट, और 13 महीने बाद बच्चा देगी देगी, ठीक है। 2.5 साल में वो दूसरा प्रेगनेंट हो जाती है, हाँ। और फिर 13 महीने बाद में बच्चा देती देती है जी, ठीक है। और उसके खाने में सबसे बेस्ट चीज होती है ग्वार का फलूसी, ठीक है। और अपना नंबर दोनों आप बता दो, अगर पंजाब से कोई भी बंदा ऊंट का बच्चा बच्ची जो भी लेना चाहे तो आपसे कांटेक्ट कर सके। पहले तो आप अपना नंबर बताएं। 99 जी 297, हाँ जी 93, हाँ जी 552, 552। और भैया आपका? हम देते हैं आपको, ठीक है। अभी इसमें और मेरा तो ये बच्चा है आपका, हाँ। है ना, और कौन सा बच्चा है इधर छोटा? एक ये बच्चा है। ये कितने समय का हो गया बाबा? ये 1 से 3 साल के हैं दोनों। 3-3 साल के हैं, हाँ, दोनों, हाँ ठीक है। एक वो बच्चा है, ये नंबर है अपने नीचे वाले, ये आपका नंबर है, ठीक है। आपका नाम भैया? मोतीराम जाट भूटानिया, मोतीराम, हाँ। आपका ये नीचे वाला नंबर है जो घर लिखा हुआ? हाँ जी। ओके ठीक है, धन्यवाद। जैसे वो ऊंट को बिठाने के लिए कर रहे हैं, वो कब से कर रहे हैं, वो देखो क्या कर रहे हैं वो ऊंट? ओ, उसको बिठाना सिखा रहे हैं। अच्छा, हाँ, जो मास्टर बच्चों की पढ़ाई करता है, हाँ, वो से उसकी पढ़ाई हो रही है, बिठाना सिखा रहे हैं। अभी देखो ये ऊंट है जी, ये है ना, इसको बिठाने के लिए ये से बिठाना सिखा रहे हैं, ये सिखाया है बाहर, इसकी पढ़ाई हुई हुई है। वाह जी वाह, आपने बोला और बैठ गया। हाँ, ये भी बैठेगा ऐसे ही बोलने से? हाँ हाँ बैठेगा। और मेरा गांव है नोर, जिला हनुमानगढ़, ठीक है, नोर गांव है, हाँ, जिला हनुमानगढ़, वो देखो, ठीक है ठीक है। बहुत अच्छा लगा आपसे बात करके, आपके ऊंट भी देख के बहुत सुंदर हैं। कितने दिन तक रहोगे आप इधर? अब कल जाएंगे। कितनी तारीख को आए थे इधर बाबा? यहाँ तो दीपावली से पहले आए हम। अच्छा चलो सही है, धन्यवाद, बहुत बहुत अच्छा लगा आपसे बात करके। सो दोस्तों ये सीगे पुष्कर मेले ते आए हुए ऊंट, बहुत सारे सीगे परे होर भी बने हुए हैं, तो इधर सीगे भाई जी नहीं कहते भी असी इन्हों जानकारी सीगी, पुराने बंदे हैं भी असी दस दें। सो धन्यवाद दोस्तों, मिलते हैं अगली वीडियो च।